40 ਨੂੰ ਜੇ 2 ਨਾਲ ਭਾਗ ਕੀਤਾ ਤਾਂ ਕਿੰਨੇ ਬਣਦੇ ਆ? ਓਏ ਆਪਣੇ ਲਾਗਰੀ ਦਾਦੇ ਅੱਗੇ ਇਦਾਂ ਮੁਰਗਾ ਨਾ ਬਣ ਜੀ। ਕਿੰਨੇ ਹੋ ਗਏ? ਉਹਨੇ ਤੈਨੂੰ ਪਤੀਲੇ 'ਚ ਧਰ ਕੇ ਤੜਕਾ ਲਾ ਦੇਣਾ। ਤੇਰੀ ਉਹ ਭੈਣ ਚੁੱਪ ਹੋ ਹੋਰ ਕੀ ਕਹਿੰਦਾ ਸੀ? ਕਹਿੰਦਾ ਭੈਣ ਦੇ ਆ ਗਾਲਾਂ ਕੱਟ ਕੇ ਬੋਲ, ਗਾਲਾਂ ਮੈਂ ਆਪੇ ਐਡਜਸਟ ਕਰ ਲੂੰਗਾ। ਅੱਗੇ ਦੱਸ। ਉਹ ਕਹਿੰਦਾ ਆਪਣੇ ਲਾਂਗਰੀ 'ਚ ਦਾਦੇ ਮੋਰੇ ਮੁਰਗਾ ਨਾ ਬਣ ਜੀ, ਨਹੀਂ ਤਾਂ ਪਤੀਲੇ 'ਚ ਧਰ ਲੈਣਾ ਉਹਨੇ। ਚਾਹ ਬਣਾਓ, ਚਾਹ ਬਣਾਓ ਅੰਦਰ ਜਾ ਕੇ। ਹੋਰ ਕੀ ਕਹਿੰਦਾ ਸੀ ਪੁੱਤਰ? ਕਹਿੰਦਾ ਤੁਸੀਂ ਕੋਈ ਮੈਡਲ ਮੋਡਲ ਨਹੀਂ ਜਿੱਤੇ, ਸਾਰੇ ਕਬਾੜੀਆਂ ਤੋਂ ਖਰੀਦਿਆ, ਨਾਲੇ ਕਹਿੰਦਾ ਕੋਈ ਚੰਗ ਚੁੰਗ ਨਹੀਂ ਲੜੀ ਤੁਸੀਂ। ਅੰਦਰ ਚੱਲ, ਪਟਕਾ ਮੈਂ ਆਪੇ ਬੰਨਾਂਗਾ ਮੁੰਡੇ ਤੇ। ਇੱਧਰ ਕਰਾਂ, ਹੋਰ ਦੱਸ ਕੀ ਕਹਿੰਦਾ ਸੀ? ਗੋਭੀ ਚੋਰ ਕਿਹਾ ਉਹਨੇ। ਗੋਭੀ ਚੋਰ? ਇਹਨਾਂ ਦੇ ਜਵਾਕ ਦੀ ਜ਼ਬਾਨ ਵਰਕ ਲਾਈਕ ਸੀਜ਼ਰ ਕੈਂਚੀ, ਇਹਨਾਂ ਨਾਲ ਗੱਲ ਕਰਨੀ ਪੈਣੀ ਆ। ਓਏ ਤੂੰ ਵੀ ਅੰਦਰ ਚੱਲ। ਓਏ ਉਹ ਛੱਡੋ, ਉਹ ਛੱਡੋ ਪਾਪਾ ਜੀ। ਕੀ ਰੱਖਿਆ ਲੜਾਈ 'ਚ? ਕਿਉਂ ਨਹੀਂ ਰੱਖਿਆ ਲੜਾਈਆਂ 'ਚ? ਦੇਸ਼ ਨੇ ਅੱਜ ਤੱਕ ਜੋ ਵੀ ਹਾਸਲ ਕੀਤਾ ਲੜਾਈ ਲੜ ਕੇ ਹਾਸਲ ਕੀਤਾ। ਤੂੰ ਨਹੀਂ ਮੇਰੇ ਨਾਲ ਲਾਣਾ, ਪਿੱਛੇ ਮੁੜ। ਪਾਪਾ ਜੀ, ਪਾਪਾ ਜੀ, ਨਿਕਲੋ ਬਾਹਰ ਵੱਡਿਆ ਜਗਤਾਰਿਆ। ਉਹ ਤਾਂ ਪਹਿਲਾਂ ਹੀ ਬਾਹਰ ਨੇ। ਅੰਦਰ ਆਓ ਵੱਡਿਆ ਜਗਤਾਰਿਆ। ਪਾਪਾ ਜੀ, ਅੱਛਾ ਪਾਪਾ ਜੀ, ਆਪਾਂ ਲੜਨਾ ਨਹੀਂ। ਓਕੇ, ਇੱਦਾਂ ਕਰ ਬੇਟਾ, ਫਿਰ ਨਾ ਜਗਨੇ ਹਲਵਾਈ ਕੋਲ ਜਾ ਕੇ ਤੇ ਕਿਲੋ ਚਮ ਚਮ ਫੜ ਲਿਆ। ਮੂੰਹ ਮਿੱਠਾ ਕਰਾਈਏ ਇਹਨਾਂ ਦਾ, ਵੀ ਤੁਹਾਡੇ ਪੋਤਰੇ ਨੇ ਬਹੁਤ ਟਕਾ ਕੇ ਬੇਇੱਜ਼ਤੀ ਕੀਤੀ ਸਾਡੇ ਪਾਪਾ ਜੀ। ਨੌਨ ਸਟਾਪ ਨੌਨਸੈਂਸ। ਹਾਂਜੀ ਤਾਏ ਜੀ, ਕੀ ਗੱਲ ਕਰਨੀ ਹੈ? ਤੁਸੀਂ ਸਾਡੇ ਵੱਡੇ ਹੋ, ਇਹਦਾ ਇਹ ਮਤਲਬ ਨਹੀਂ ਅਸੀਂ ਇੱਜ਼ਤ ਕਰੀ ਜਾਈਏ ਤੇ ਤੁਸੀਂ ਅੱਗੋਂ ਤਮਾਸ਼ਾ ਕਰੋ। ਗੁੱਡੀ, ਯੂ ਆਰ ਸੋ ਕਾਲਡ ਫਾਦਰ ਇਨ ਲਾ, ਨੋ ਰਿਸਪੈਕਟ। ਯੂਅਰ ਚਾਈਲਡ, ਨੋ ਰਿਸਪੈਕਟ। ਡੇਲੀ ਡੇਲੀ ਇਨਡਿਸਿਪਲਿਨ। ਦਿਸ ਇਜ਼ ਜਸਟ ਜਸਟ ਕ੍ਰਿਮੀਨਲ ਐਂਡ ਮਤਲਬ ਕਿ ਸ਼ਰਮ ਆਣੀ ਚਾਹੀਦੀ ਯਾਰ, ਸ਼ੇਮ ਸ਼ੁੱਡ ਕਮ। ਹਾਏ, ਇੰਨੀ ਸੋਹਣੀ ਇੰਗਲਿਸ਼, ਬਸ ਇੰਨਾ ਗਲਤ ਹੀ। ਮੈਂ ਰਿਸਪੈਕਟ ਹੈਗੀ ਹਾਂ। ਬਾਹਰ ਖੜੇ ਕਿਉਂ ਗਾਲਾਂ ਕੱਢਦੇ ਹੋ? ਅੰਦਰ ਆਓ ਨਾ, ਆ ਜਾਓ ਆ ਜਾਓ। ਜਿੰਨੀ ਦੇਰ ਪਾਪਾ ਜੀ ਨੇ ਮੀਟਰ ਖੜਾ ਨਾ, ਮੈਂ ਤੁਹਾਡੇ ਲਈ ਟੀ ਬਣਾਉਂਦੀ ਹਾਂ। ਬਿਜਲੀ ਚੋਰ, ਉਹ ਤਾਇਆ ਨਿਆਣੇ ਤਾਂ ਲੜਦੇ ਰਹਿੰਦੇ ਆ। ਐਡੀ ਕਿਹੜੀ ਗੋਲੀ ਚੱਲ ਗਈ? ਗੋਲੀਆਂ ਚੱਲੀਆਂ, ਇਹੀ ਤਾਂ ਦੱਸਣਾ ਹੈ। ਮੈਂ ਆਪ ਚਲਾਉਂਦਾ ਰਿਹਾ ਬਾਰਡਰ ਤੇ, ਨਾ ਥੋੜਾ ਤਾਇਆ ਸ਼ਹੀਦ ਹੋ ਜਾਂਦਾ, ਫੇਰ ਹੀ ਮੰਨਣਾ ਸੀ ਵੀ ਜੰਗ 'ਚ ਗਿਆ ਸੀ। ਆ ਤੁਹਾਡਾ ਕੱਲ ਦਾ ਜਵਾਕ ਮੈਨੂੰ ਲਾਂਗਰੀ 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 ਕਰਦਾ ਫਿਰਦਾ। ਚੰਗਾ, ਅਸੀਂ ਆਪਣੇ ਜਵਾਕ ਨੂੰ ਸਮਝਾ ਲੈਂਦੇ ਹਾਂ। ਤੂੰ ਆਪਣਾ ਮਨ ਸਮਝਾ, ਲਾਂਗਰੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਝੂਠ ਬੋਲਣਾ ਮਾੜੀ ਗੱਲ ਹੈ। ਆ ਕਿਵੇਂ ਟੈਂਕ 'ਚ ਲੈਂਦਾ ਰਿਹਾ ਛੀ? ਆ ਮੇਰੀ ਸੋਹਣਾ ਗੱਲ, ਤੈਨੂੰ ਵੱਡੇ ਬਾਬੇ ਦੀ ਸੌਂ, ਤੂੰ ਟੈਂਕ ਦੇ ਨਾਲ ਮੇਰੀ ਐਂ ਕਰਕੇ ਖੜੇ ਦੀ ਫੋਟੋ ਵੇਖੀ ਆ ਕਿ ਨਹੀਂ? ਦੇਖੀ ਹੈ। ਤੇ ਹੋਰ ਟੈਂਕ ਤਾਂ ਮੈਂ ਟਿੰਡੇ ਲੈਣ ਜਾਂਦਾ ਸੀ, ਗੋਲੇ ਦਾਗਦਾ ਰਿਹਾ ਮੈਂ। ਤਾਇਆ, ਇਹ ਤਾਂ ਜਹਾਜ਼ ਨਾਲ ਮੈਂ ਫੋਟੋ ਕਰਾਈਏ ਚੰਡੀਗੜ੍ਹ, ਹੁਣ ਇਹਦਾ ਮਤਲਬ ਮੈਂ ਜਹਾਜ਼ ਚਲਾਉਣਾ। ਉਹ ਗੱਲ ਸੁਣੋ ਮੇਰੀ, ਓਏ ਆਪਣੇ ਜਵਾਕ ਸਮਝਾਲਾ ਵਾ, ਮੈਂ ਲਸਣਾਂ ਨੂੰ ਛੇਲ ਦੇਣਾ ਹੀ। ਆ ਆਈ ਦਾ ਸੱਚੀ ਗੱਲ ਜ਼ੁਬਾਨ ਤੇ, ਅਖੇ ਲਸਣ ਨੰਗੇ ਛਿਲ ਕੇ ਰੱਖ ਦੇਣੇ ਆ। ਓਏ ਉਹ ਮੇਰੇ ਕੋਲ ਗਾਟਾ ਨਾਲ ਲਵਾ ਲਈਓ ਬੁੜਿਓ, ਤੈਨੂੰ ਮੈਂ ਦੱਸਾਂ। ਤੂੰ ਬੜਾ 16 ਸਾਲ ਦਾ ਹੈ ਜਿਹੜਾ ਮੈਨੂੰ ਬੁੜਾ ਆਖ ਰਿਹਾ ਹੈ? ਓਏ ਬਲੱਡੀ ਫੂਲ, ਆਈ ਵਿਲ ਕਿਲ ਯੂ। ਕਿੱਲੀ ਜਾ, ਮੈਨੂੰ ਨਹੀਂ ਪਰਵਾਹ ਤੇਰੇ ਕਿੱਲਣ ਦੀ। ਸਟਾਪ ਸਟਾਪ, ਹੁਣ ਸੁਣੀ ਅੰਗਰੇਜ਼ੀ ਮੇਰੀ ਨੂੰ ਦੀ? ਐਂਡ 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 ਸਟਾਪ ਸਟਾਪ। ਬਸ ਦੋ ਲਫ਼ਜ਼ਾਂ 'ਚ ਅੰਗਰੇਜ਼ੀ ਦਾ ਕੋਟਾ ਮੁੱਕ ਜਾਂਦਾ ਹੈ ਤੇਰਾ। ਅੱਗੇ ਵੀ ਕੁਛ ਬੋਲ, ਅਗਲਾ ਇੰਨਾ ਕੁਛ ਬੋਲ ਗਿਆ ਹੈ। ਓਏ ਤੂੰ ਪੰਜਾਬੀ 'ਚ ਆ ਓਏ ਅਨਪੜਾ। ਓਏ ਪੰਜਾਬੀ 'ਚ ਤੂੰ ਜਦੋਂ ਮਰਜੀ ਜਿੱਥੇ ਮਰਜੀ ਆ ਜੀ। ਰੱਖਿਆ ਕਰਕੇ ਆਉਣਾ, ਆਇਆ ਤਾਂ ਖੜਾ ਯੋ ਕਰ ਲੋ ਬਾਲਿਆ ਮੇਰੀ ਯਾਰ। ਕੱਢ ਗਾਲ ਫੇਰ। ਨਹੀਂ ਚੱਲ, ਤੂੰ ਕੱਢ ਗਾਲ, ਤੂੰ ਵੱਡਾ ਹੈ, ਤੂੰ ਪਹਿਲਾਂ ਕੱਢ ਗਾਲ। ਕਿਆ ਕਲੇਸ਼ ਪਾਲਿਆ ਥਾ ਮੈਂ? ਓਏ ਸਿਕਿਉਰਿਟੀ ਗਾਰਡ ਆ, ਤੂੰ ਅੱਜ ਵਿੱਚ ਨਾ ਬੋਲੀ, ਤੈਨੂੰ ਮੈਂ ਦੱਸ ਦਿਆਂ ਅੱਜ ਘਰੇਲੂ ਦੁਸ਼ਮਣ ਪੇ ਗੋਲੀ ਚੱਲੇਗੀ। ਮੇਰੀ ਬਾਤ ਸੁਣੋ ਫੌਜੀ ਸਾਹਿਬ, ਤੂੰ ਛੱਡ ਯਾਰ, ਮੈਨੂੰ ਬਾਤ ਤੋਂ ਸੁਣੋ, ਤੂੰ ਛੱਡ ਮੇਰੇ ਕੋਈ ਯਾਰ। ਛੱਡਦੇ ਹੀ ਨੂੰ ਵੱਡੇ ਸਾਹ ਨੂੰ ਦੇਖ ਲੈਂਦਾ ਬੰਦੇ ਬਕਵਾਸ। ਤੂੰ ਤਾਂ ਬੜਾ ਲਾਂਸਾ ਹੈ, ਉਹ ਜੱਟ ਦਫਾ ਹੋ।